ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਪੰਜਾਬੀ ਇੰਡਸਟਰੀ ਤੇ ਪੰਜਾਬ ਨਾਲ ਜੁੜੀਆਂ ਕੁਝ ਖਾਸ ਅਪਡੇਟਸ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਈ ਹਾਂ ਸਭ ਤੋਂ ਪਹਿਲਾਂ ਸੀ ਸਿੱਧੂ ਮੂਸੇਵਾਲਾ ਦਾ ਹੀ ਜ਼ਿਕਰ ਕਰਨਾ ਚਾਹੁੰਦੇ ਹਾਂ ਜਿਸ ਦੇ ਕੀ ਸਕੀਪ ਕੋਡ ਗਾਣੇ ਦਾ ਦਿਨਵਦਨ ਹੋਰ ਵਿਵਾਦਪਕ ਦਾ ਨਜ਼ਰ ਆ ਰਿਹਾ ਹੈ ਹਾਲ ਹੀ ਦੋਸਤੋ ਨਸੀਬ ਨੇ ਵਨ ਵੇ ਟਿੱਕ ਟਰਾਹੀ ਉਸ ਗਾਣੇ ਦਾ ਜਵਾਬ ਵੀ ਦਿੱਤਾ ਸੀ ਸਿੱਧੂ ਮੂਸੇਵਾਲਾ ਨੂੰ ਟਾਰਗੇਟ ਵੀ ਕੀਤਾ ਸੀ ਜਿਸ ਤੋਂ ਬਾਅਦ ਸਿੱਧੂ ਮੂਸੇਵਾਲਾ ਨੇ ਦੋ ਸਟੋਰੀਆਂ ਰਾਹੀਂ ਨਸੀਬ ਨੂੰ ਨਸੀਹਤ ਵੀ ਦਿੱਤੀ ਸੀ ਤੇ ਰਿਪਲਾਈ ਵੀ ਕੀਤਾ ਸੀ ਪਰ ਦੋਸਤੋ ਹੁਣ ਇਦਾਂ ਲੱਗ ਰਿਹਾ ਹੈ ਨਸੀਬ ਦੀ ਤੁਸੀਂ ਇਹ ਸਕਦਾ ਹੈ ਕਿ ਨਸੀਬ ਸ਼ਾਇਦ ਇੱਕ ਹੋਰ ਡਿਸ ਟਰੈਕ ਰਿਲੀਜ਼ ਕਰ ਸਕਦਾ ਹੈ ਸਿੱਧੂ ਮੂਸੇਵਾਲ ਨੂੰ ਰਿਪਲਾਈ ਤੇ ਆਧਾਰਤ ਇੱਕ ਹੋਰ ਗਾਣਾ ਰਿਲੀਜ਼ ਕਰ ਸਕਦਾ ਹੈ ਪਹਿਲਾਂ ਦੋਸਤੋ ਕਾਫੀ ਚੰਗੇ ਦੋਸਤ ਮਿੱਤਰ ਹੋਇਆ ਕਰਦੇ ਸਨ ਸਿਰਫ ਕੋਲੈਬੋਰੇਸ਼ਨ ਵਾਲੇ ਗਾਣੇ ਹੀ ਨਹੀਂ ਦੋ ਗਾਣੇ ਦੋਸਤੋ ਨਸੀਬ ਦੇ ਇਦਾਂ ਸਨ ਜਿਹੜੇ ਕਿ ਸਿੱਧੂ ਮੂਸੇਵਾਲ ਦੇ ਅਫੀਸ਼ੀਅਲ YouTube ਚੈਨਲ ਤੇ ਆਏ ਸਨ ਤੇ ਨਸੀਬ ਨੇ ਤਾਂ ਖੁਦ ਹੀ ਆਪਣੀ ਇੱਕ ਇੰਟਰਵਿਊ ਦੌਰਾਨ ਇਹ ਵੀ ਕਿਹਾ ਸੀ ਕਿ ਜੇਕਰ ਮੈਂ ਸਿੱਧੂ ਦਾ ਜ਼ਿਕਰ ਕਰਾਂ ਤਾਂ ਉਹ ਪੱਗ ਦਾ ਰਤਬਾ ਹਾਲੀਵੁੱਡ ਵਾਲੇ ਸਟਾਰਾਂ ਵਿੱਚ ਵਧਾ ਰਿਹਾ ਹੈ ਪਰ ਦੋਸਤੋ ਹੁਣ ਸਮਾਂ ਹੋਰ ਹੈ ਹੁਣ ਇਹ ਇੱਕ ਦੂਜੇ ਨੂੰ ਟਾਰਗੇਟ ਕਰਦੇ ਹੋਏ ਦਿਖਾਈ ਦੇ ਰਹੇ ਹਨ ਤੇ ਇੱਕ ਹੋਰ ਖਾਸ ਗੱਲ ਸਿੱਧੂ ਮੂਸੇਵਾਲ ਨੇ ਤਾਂ ਸਿਰਫ ਦੋ ਲੈਣਾ ਹੀ ਵਰਤ ਸੀਆਂ ਸਨ ਨਸੀਬ ਆਬਤ ਜੇ ਕਹਿ ਲਓ ਉਸ ਨੂੰ ਰਿਪਲਾਈ ਬਾਬਤ ਪਰ ਦੋਸਤੋ ਨਸੀਬ ਨੇ ਤਾਂ ਪੂਰੇ ਦਾ ਪੂਰਾ ਗਾਣਾ ਹੀ ਭਰਾ ਦੇ ਲਿਖ ਦਿੱਤਾ ਇੱਕ ਹੋਰ ਗਾਣੇ ਦੀ ਤਿਆਰੀ ਕਰ ਰਿਹਾ ਹੈ ਤੁਸੀਂ ਇਸ ਬਾਬਤ ਆਪਣੇ ਅਹਿਮ ਵਿਚਾਰ ਜ਼ਰੂਰ ਦਿਓ ਤੇ ਦੂਸਰੀ ਗੱਲ ਸਿੱਧੂ ਬਾਬਤ ਉਸਨੇ ਇੱਕ ਦੋਸਤੋ ਨਵਾਂ ਟੈਟੂ ਵੀ ਬਣਵਾਇਆ ਹੈ ਜਿਸ ਦੀ ਪੋਸਟ ਉਸਨੇ ਆਪਣੇ ਅਫੀਸ਼ੀਅਲ ਇੰਸਟਾਗ੍ਰam ਅਕਾਊਂਟ ਤੇ ਸ਼ੇਅਰ ਕੀਤੀ ਹੈ ਸ਼ਾਇਦ ਦੋਸਤੋ ਗੁਰਵਾਣੀ ਦੀਆਂ ਤੁਕਾਂ ਨੂੰ ਹੀ ਲਿਖਵਾਇਆ ਹੈ ਤੇ ਇਸ ਤੋਂ ਲਾਬ ਇੱਕ ਹੋਰ ਸਟੋਰੀ ਵੀ ਸ਼ੇਅਰ ਕੀਤੀ ਹੈ ਸਫਲ ਅਤੇ ਪ੍ਰਸਿੱਧ ਹੋਵੋਗੇ ਕਈ ਦੁਸ਼ਮਣ ਬਣ ਜਾਣਗੇ ਅਤੇ ਕਈ ਦੋਸਤ ਬਣ ਕੇ ਦੁਸ਼ਮਣੀ ਕਰਨਗੇ ਇਸ ਨੂੰ ਵੀ ਦੋਸ ਇਟ ਹੈ ਦਾ ਲਾਸਟ ਰਾਈਡ ਗਾਣੇ ਬਾਰੇ ਜੋ ਕਿ ਸ਼ਾਇਦ ਸਕੀਪ ਗੂਡ ਗਾਣੇ ਤੋਂ ਪਹਿਲਾਂ ਆਉਣਾ ਸੀ ਪਰ ਚਲੋ ਮਾਹੌਲ ਚਲ ਇਦਾਂ ਦਾ ਹੋਇਆ ਭਰਾ ਨੂੰ ਉਹ ਗਾਣਾ ਪਹਿਲਾਂ ਰਿਲੀਜ਼ ਕਰਨਾ ਪਿਆ ਤੇ ਵਾਜ਼ਿਰ ਦਾ ਦੋਸਤੋ ਸਭ ਤੋਂ ਵੱਡਾ ਹੀ ਅਹਿਮ ਮਿਊਜ਼ਿਕ ਹੈ ਤੇ ਜਦੋਂ ਦੋਸ ਨੇ ਇੰਸਟਾਗ੍ਰਾਮ 'ਤੇ ਕਯੂ ਐਨ ਕੀਤਾ ਵਾਜ਼ਿਰ ਨੇ ਤਾਂ ਇਸ ਗਾਣੇ ਬਾਬ ਦੇ ਦੋਸਤਾਂ ਨੂੰ ਪਤਾ ਹੈ ਆਬਵੀਅਸਲੀ ਪੁੱਛਿਆ ਹੀ ਜਾਣਾ ਸੀ ਤਾਂ ਉਸ ਨੇ ਇਹ ਕਿਹਾ ਬਹੁਤ ਜਲਦੀ ਹੀ ਸੋ ਦੋਸਤੋ ਇਸੇ ਮਹੀਨੇ ਆਪਾਂ ਅੰਦਾਜ਼ਾ ਲਗਾ ਸਕਦੇ ਹਾਂ ਦਾ ਲਾਸਟ ਰਾਈਡ ਗਾਣੇ ਦੀ ਬਵਾਦ ਵੀ ਕਾਫੀ ਜ਼ਿਆਦਾ ਬਕੇ ਹੋਏ ਹਨ ਕਈ ਸ਼ਖਸੇ ਦੋਸਤੋ ਟਾਰਗੇਟ ਵੀ ਕਰ ਰਹੇ ਹਨ ਸਕੀਪ ਗੂ ਆਦਮੀ ਤੋਂ ਲੈ ਕੇ ਐਮਐਲਏਾਂ ਤੱਕ ਦੋਸਤੋ ਸਭ ਦੀ ਚਰਚਾ ਇਸ ਗਾਣੇ ਤੇ ਹੋ ਹੀ ਰਹੀ ਹੈ ਚੰਗਾ ਹੈ ਦਾ ਮਾੜਾ ਤੁਸੀਂ ਇਸ ਪਰੇ ਆਪਣੇ ਅਹਿਮ ਵਿਚਾਰ ਕਮੈਂਟ ਬਾਕਸ ਵਿੱਚ ਜਰੂਰ ਦਿਓ ਮੈਂ ਨਹੀਂ ਇਹ ਗਾਣਾ ਬਣਾਉਣਾ ਨਹੀਂ ਸੀ ਜਿਆ ਕੁਝ ਹੋਰ ਦੀ ਮੈਨੂੰ ਕਿਹਾ ਕਿ ਨਾ ਬਾਈ ਯਾਰ ਵੀ ਲੋਕ ਕੋਈ ਗਦਾਰ ਗਦਾਰ ਯਾਰ ਉਹ ਤਾਂ ਫਲਾਨਾ ਹਾਰ ਗਿਆ ਜਿੱਦਨ ਮੈਂ ਹਾਰਿਆ ਕਿੰਨੇ ਲੋਕਾਂ ਨੇ ਹੱਸਿਆ ਉਹ ਮੈਂ ਕਿਹਾ ਉਹ ਹਾਰ ਗਿਆ ਉਹ ਮੂਸੇ ਵਾਲਾ ਹਾਰ ਗਿਆ ਸਾਡੇ ਮਾਨਸਾਰਿਆਂ ਨੇ ਥੋੜੇ ਬਹੁਤਾਂ ਨੇ ਟਰੈਕਟਰ ਲਿਆਂਦਾ ਨਾਟਗਰ ਉਹਨੂੰ ਪਾ ਕੇ ਖਿੱਚਿਆ ਮੈਂ ਹੈਰਾਨ ਹੋਇਆ ਮੈਂ ਹੱਸਿਆ ਮਖਾ ਯਾਰ ਵੀ ਸ਼ਾਬਾਸ਼ ਮਾਨਸ ਵਾਲਿਓ ਵੀ ਧੰਨਵਾਦ ਤੁਹਾਡਾ ਤੁਸੀਂ ਇਨਾ ਮਾਨ ਸਤਕਾਰ ਦੇ ਰਹੇ ਹੋ ਟਰੈਕਟਰ ਖਿੱਚਿਆ ਗਿਆ ਇੱਕ ਨਾਟਕ ਘਰਾਂ ਖੜਾ ਕੇ ਨਾ ਸੜਕ ਤੇ ਕਾਸ਼ਨਲ ਟਰੈਕਟਰ ਖਿੱਚਿਆ ਗਿਆ ਤੇ ਮੈਨੂੰ ਕਿਸ ਨੇ ਵੀਡੀਓ ਭੇਜੀ ਮੈਂ ਹੱਸਿਆ ਪਹਿਲਾਂ ਤਾਂ ਫਿਰ ਮੈਂ ਮੱਥੇ ਤੇ ਹੱਥ ਮਾਰਿਆ ਵਾਂ ਯਾਰ ਕੀ ਹੈਣਾ ਵੀ ਕੀ ਅਸੀਂ ਸਮਝਦੇ ਆਂ ਲੋਕਾਂ ਨੂੰ ਸਾਡੇ ਨੂੰ ਤੇ ਸਾਡੇ ਬਾਰੇ ਕੀ ਸੋਚਦੇ ਨੇ ਉਹਨਾਂ ਤੇ ਮੈਂ ਇਸ ਚੀਜ਼ ਤੇ ਮੈਨੂੰ ਇਸ ਚੀਜ਼ ਦਾ ਥੋੜਾ ਜਿਹਾ ਹੈਰਾਨੀ ਹੋਈ ਮਖਾ ਯਾਰ ਵੀ ਮੈਂ 70 ਸਾਲਾਂ ਦਾ ਮੁੰਡਾ ਹਾਂ ਇੱਕ ਮੈਂ ਆਪਦੀ ਜ਼ਿੰਦਗੀ ਦੇ ਵਿੱਚ ਇੱਕ ਸਟੈਪ ਲੈਣ ਦੀ ਕੋਸ਼ਿਸ਼ ਕੀਤੀ ਮੈਂ ਇਨੀਸ਼ੀਏਟਿਵ ਲਿਆ ਆਪਦੇ ਲੋਕਾਂ ਵਾਸਤੇ ਮੈਨੂੰ ਵੀ ਪਤਾ ਸੀ ਵੀ ਇਸ ਤੇ 5-7 ਕਰੋੜ ਰੁਪਈਆ ਲੱਗੂਗਾ ਮੈਂ ਆਪਦੇ ਘਰੋਂ ਲਾਉਣੇ ਆ ਤੇ ਉਸ ਤੋਂ ਬਾਅਦ ਮੈਨੂੰ ਇਹ ਵੀ ਪਤਾ ਸੀ ਵੀ ਦੇਚ ਮੈਂ ਹਾਰ ਵੀ ਸਕਦਾ ਕੋਈ ਮੈਂ ਐਡਾ ਬੇਵਕੂਫ ਤਾਂ ਹੈ ਨਹੀਂ ਸੀਗਾ ਵੀ ਮੈਨੂੰ ਪਤਾ ਨਹੀਂ ਸੀ ਮੈਂ ਹਾਰ ਸਕਦਾ ਠੀਕ ਹੈ ਮੇਰੀ ਹਾਰ ਹੋਈ ਮੈਂ ਐਕਸੈਪਟ ਕੀਤਾ ਕਿਉਂਕਿ ਇਹ ਵੀ ਸਵਾਲ ਆ ਰਿਹਾ ਵਿੱਚ ਕਿ ਹਾਰ ਪਚੀ ਨਹੀਂ ਚਾਹੀ ਸੁੱਧੂ ਮੁਸਲੇ ਕਿਉਂ ਨਹੀਂ ਪਚੀ ਜੀ ਜੇ ਹਾਰ ਨਾ ਪਚੀ ਹੁੰਦੀ ਮੈਂ ਬੈਠਾ ਥੋੜੀ ਹੁੰਦਾ ਇੱਥੇ ਆਪਦੇ ਲੋਕਾਂ 'ਚ ਮੈਂ ਕਹਿੰਦਾ ਵੀ ਨਾ ਜਰਮਨੀਆ ਕਰਨ ਮੈਂ ਤਾਂ ਯਾਰ ਉੱਥੇ ਹੀ ਬੈਠਾ ਜਿੱਥੇ ਸੀਗਾ ਹਾਰ ਪੱਚੀ ਐ ਮੈਨੂੰ ਮੈਨੂੰ ਬਸ ਇਹ ਗੱਲ ਨਹੀਂ ਪੱਚੀ ਵੀ ਅਸੀਂ ਤਾਂ ਚੱਲ ਤਾਂ ਹਾਰ ਗਏ ਵੀ ਚੱਲ ਠੀਕ ਆ ਅਸੀਂ ਮਾੜੇ ਸੀ ਜਿਹੜੇ ਚੰਗੇ ਸੀ ਉਹ ਕਿਉਂ ਨਹੀਂ ਜਿੱਤੇ ਠੀਕ ਐ ਜਿੰਨਾਂ ਦੇ ਲੋਕ ਝੰਡੇ ਲੈ ਲੈ ਜਾਂਦੇ ਸੀ ਉੱਥੇ ਉਹ ਕਿਉਂ ਨਹੀਂ ਜਿੱਤੇ ਆਏ ਬਈ ਤੁਸੀਂ ਠੀਕ ਐ ਵੀ ਤੁਹਾਡਾ ਮੈਨੂੰ ਸਪਸ਼ਟੀ ਕਰਨ ਦੇ ਦਿਓ ਕਿ ਗੱਦਾਰ ਕੌਣ ਐ ਤੇ ਦੋਸਤੋ ਤੇ ਹੁਣ ਅਸੀਂ ਕਰਨ ਔਜਲੇ ਦਾ ਜ਼ਿਕਰ ਕਰਨਾ ਚਾਹੁੰਨੇ ਹਾਂ ਜਿਸ ਤਿੱਗੀ ਆਫੀਸ਼ੀਅਲ ਟੀਮ ਰਿਹਾਨ ਰੈਕੋਰਡ ਹਿੰਟ ਦੇ ਰਹੀ ਹੈ ਕਿ ਈਪੀ ਸ਼ਾਇਦ ਇਸੇ ਮਹੀਨੇ ਹੀ ਰਿਲੀਜ਼ ਹੋ ਸਕਦੀ ਹੈ ਵੈਸੇ ਕਰਨ ਔਜਲੇ ਨੇ ਖੁਦ ਹੀ ਇਸ ਬਾਰੇ ਇੱਕ ਸਟੋਰੀ ਪਾ ਕੇ ਇਹ ਦੱਸ ਦਿੱਤਾ ਸੀ ਕਿ ਮੈਂ ਆਪਣੇ ਵਰਲਡ ਟੂਰ ਤੋਂ ਪਹਿਲਾਂ ਪਹਿਲਾਂ ਇਸ ਨੂੰ ਰਿਲੀਜ਼ ਕਰ ਦੇਵਾਂਗਾ ਤੇ ਦੋਸਤੋ ਹੁਣ ਤੁਸੀਂ ਇੱਕ ਸਟੋਰੀ ਇਹ ਖੁਦ ਹੀ ਦੇਖ ਲਵੋ ਮਈ ਮਹੀਨੇ 6 ਤਰੀਕ ਤੋਂ ਸ਼ਾਇਦ ਪ੍ਰਾ ਦਾ ਵਰਲਡ ਟੂਰ ਸਟਾਰਟ ਹੋਣ ਵਾਲਾ ਹੈ ਪਰ ਉਸ ਤੋਂ ਪਹਿਲਾਂ ਵੀ ਕਈ ਪ੍ਰਾ ਦੇ ਇੱਕ ਦੂਜੇ ਜਗ੍ਹਾ ਤੇ ਲਾਈਵ ਸ਼ੋ ਹੋਣੇ ਹਨ ਜਿਸ ਦਾ ਮਤਲਬ ਹੈ ਕਿ ਅਗਲੇ 15 ਦਿਨਾਂ ਦੇ ਵਿੱਚ ਵਿੱਚ ਪ੍ਰਾ ਆਪਣੀ ਈ ਕਰਿਆ ਜਾ ਰਿਹਾ ਹੈ ਉਸ ਦਾ ਪਤਾ ਨਹੀਂ ਅੱਗੇ ਕੀ ਬਣ ਜੂੜੂ ਪਰ ਹਾਂ ਈਪੀ ਦੇ ਵਰਲਡ ਟੂਰ ਦਾ ਬੜਾ ਹੀ ਅਹਿਮ ਜ਼ਿਕਰ ਹੋ ਰਿਹਾ ਹੈ ਤੇ ਦੋਸਤੋ ਇੱਥੇ ਹੁਣ ਅਸੀਂ ਦਲਜੀਤ ਭਰਾ ਦਾ ਜ਼ਿਕਰ ਕਰਨਾ ਚਾਹੁੰਦੇ ਹਾਂ ਜੋ ਕਿ ਟੋਰੀ ਲੇਨਸ ਨਾਲ ਗਾਣਾ ਆਇਆ ਉਸਨੇ ਕਾਫੀ ਜ਼ਿਆਦਾ ਤੱਕ ਪਾ ਦਿੱਤੀ ਹੈ 8-9 ਮਿਲੀਅਨ ਵਿਊਜ਼ ਸਿਰਫ ਤੇ ਸਿਰਫ 48 ਘੰਟੇ ਦੇ ਅੰਦਰ ਅੰਦਰ ਵਾਕਈ ਹੀ ਦੋਸਤੋ ਬਹੁਤ ਵੱਡੀ ਗੱਲ ਹੈ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ ਪਰ ਇਸ ਤੋਂ ਇਲਾਵਾ ਕੱਲ ਨੂੰ ਜਲੰਧਰ ਵਿੱਚ ਲਾਈਵ ਸ਼ੋ ਸਟੇਜ ਦਾ ਦੋਸਤੋ ਕਨਸੈਪਟ ਇੱਕ ਵਾਰ ਫਿਰ ਫੈਨਾਂ ਨੂੰ ਹੱਕਾ ਪੱਕਾ ਕਰ ਦੇਵੇਗਾ ਜਿਵੇਂ ਕਿ ਗੁਰਗਾਉਂ ਵਿੱਚ ਕੀਤਾ ਸੀ ਡਿਫਰੈਂਟ ਦੋਸਤੋ ਕਨਸੈਪਟ ਕਾਫੀ ਖਰਚ ਵੀ ਆਇਆ ਹੋਵੇਗਾ ਇਹ ਵੀ ਗੱਲ ਦੋਸਤੋ ਸੁਭਾਵਕ ਤੌਰ ਤੇ ਤਾਂ ਇਹੀ ਹੈ ਪਰ ਵੈਸੇ ਪੂਸੇ ਬਾਰੇ ਬਲੋ ਸੋਚੀ ਦੁਨੀਆ ਜੱਟ ਪੈਦਾ ਹੋਇਆ ਵਸ ਸੌਣ ਵਾਸਤੇ ਉਹ ਗੱਲਾਂ ਤੇ ਬਖੂਬੀ ਤੌਰ ਤੇ ਬਰਾ ਖਰਾਬੀ ਉਤਾ ਰਿਹਾ ਹੈ ਜਲੰਧਰ ਵਾਲਾ ਲਾਈਵ ਸ਼ੋ ਕੀ ਦੋਸਤੋਂ ਸੇਮ ਹੀ ਹੋਵੇਗਾ ਗੁੜਗਾਉ ਵਾਲਾ ਕਨਸੈਪਟ ਜਾਂ ਡਿਫਰੈਂਟ ਇਹ ਗੱਲ ਵਕ ਹੀ ਦੇਖਣ ਵਾਲੀ ਹੋਵੇਗੀ ਤੁਸੀਂ ਟੋਰੀ ਲੇਨਸ ਵਾਲੇ ਗਾਣੇ ਬਾਰੇ ਵੀ ਤੇ ਲਾਈਵ ਸ਼ੋ ਬਾਰੇ ਵੀ ਦੋਨਾਂ ਬਾਰੇ ਆਪਣੇ ਅਹਿਮ ਵਿਚਾਰ ਕਮੈਂਟ ਬਾਕਸ ਵਿੱਚ ਜਰੂਰ ਦਿਓ ਤੇ ਦੋਸਤੋਂ ਇੱਥੇ ਹੁਣ ਅਸੀਂ ਬਾਲੀਵੁੱਡ ਦੇ ਸਟਾਰ ਬਾਦਸ਼ਾਹ ਦਾ ਜ਼ਿਕਰ ਕਰਨਾ ਚਾਹੁੰਦੇ ਹਾਂ ਹਾਲ ਹੀ ਦੋਸਤੋਂ ਅਰਜਨ ਢਿੱਲੋਂ ਦਾ ਗਾਣਾ ਸੁਣਦਾ ਹੋਇਆ ਦਿਖਾਈ ਦਿੱਤਾ ਯਾਰੀ ਕੇ ਐਲ ਰਾਹੁਲ ਜਿਸ ਦੀ ਕੀ ਸਟੋਰੀ ਬਾਦਸ਼ਾਹ ਨੇ ਖੁਦ ਵੀ ਸ਼ੇਅਰ ਕੀਤੀ ਹੈ ਤੇ ਤੁਹਾਨੂੰ ਦੋਸਤੋਂ ਅਸੀਂ ਇਹ ਵੀ ਦਿਖਾਣਾ ਚਾਹੁੰਦੇ ਹਾਂ ਡਰੈਸਿੰਗ ਰੂਮ ਵਿੱਚ ਉਸ ਵੀ ਵੀ ਦੋਸਤੋਂ ਬਾਦਸ਼ਾਹ ਦੇ ਗਾਣੇ ਚੱਲਦੇ ਹੋਏ ਦਿਖਾਈ ਦਿੱਤੇ ਜਿਸ ਦਾ ਜ਼ਿਕਰ ਖੁਦ ਹੀ ਕੀਤਾ ਕੇ ਐਲ ਰਾਹੁਲ ਨੇ ਆਈਪੀਐਲ ਦਾ ਕਨਸੈਪਟ ਦੋਸਤੋਂ ਥੋੜਾ ਜਿਹਾ ਡਿਫਰੈਂਟ ਰਹ ਜਾਂਦਾ ਹੈ ਉਹਨਾਂ ਦੀਆਂ ਸਟੋਰੀਆਂ ਪੋਸਟਾਂ ਵਿਜ਼ੂਅਲ ਕੰਟੈਂਟ ਕਾਪੀਰਾਈਟ ਕਰਕੇ ਕੁਝ ਘਾਟੇ ਹੀ ਦਿਖਾ ਸਕਦੇ ਹਾਂ ਪਰ ਹਾਂ ਦੋਸਤੋਂ ਪੰਜਾਬੀ ਆਰਟਿਸਟਾਂ ਦੇ ਗਾਣੇ ਵੀ ਕਈ ਵਾਰ ਆਈਪੀਐਲ ਸਟੇਡੀਅਮ ਵਿੱਚ ਚੱਲਦੇ ਹੋਏ ਦਿਖਾਈ ਦਿੱਤੇ ਨੇ ਪਰ ਬਾਦਸ਼ਾਹ ਜਿਨ੍ਹਾਂ ਦਾ ਕੀ ਟੂਰ ਕਾਫੀ ਜ਼ਿਆਦਾ ਤੱਕ ਪਾਰ ਰਿਹਾ ਹੈ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ ਅੱਜ ਇੱਕ ਦੋਸਤੋਂ ਹੋਰ ਜਗ੍ਹਾ ਤੇ ਲਾਈਵ ਸ਼ੋਅ ਹੈ ਜਿਸ ਦੀਆਂ ਵੀ ਟਿਕਟਾਂ ਪਹਿਲਾਂ ਹੀ ਆਲਰੇਡੀ ਸੋਲਡ ਆਊਟ ਹੋ ਚੁੱਕੀਆਂ ਨੇ ਬਲੰਦ ਆਵਾਜ਼ ਨਿਮਰਤ ਖਹਿਰਾ ਜੀ ਦੀ ਫੈਨ ਫੋਲੋਇੰਗ ਵੀ ਦੋਸਤੋਂ ਅਲੱਗ ਹੀ ਹੈ ਅਰਜੰਟ ਲੋ ਦੀ ਲੈਕਟ ਤੇ ਦੋਸਤੋਂ ਜਦੋਂ ਹੀ ਗਾਉਂਦੇ ਹਨ ਉਦੋਂ ਲੋਕ ਗੀਤਾਂ ਦੀ ਯਾਦ ਆ ਜਾਂਦੀ ਹੈ ਪਰ ਦੋਸਤੋਂ ਤੁਹਾਨੂੰ ਦੱਸ ਦਈਏ ਇਹਨਾਂ ਦਾ ਵੀ ਇੱਕ ਰਿਕਾਰਡ ਕੈਮ ਹੋਣ ਜਾ ਰਿਹਾ ਹੈ ਚਾਰ ਸ਼ੋਅ ਇਹਨਾਂ ਦੇ ਪਹਿਲਾਂ ਆਲਰੇਡੀ ਸੋਲਡ ਆਊਟ ਹੋ ਚੁੱਕੇ ਹਨ ਸਾਰੇ ਹੀ ਤੇ ਪੰਜ ਮਾਂਜ ਕਰ ਉਹ ਸੋਲਡ ਆਊ फीमेल आर्टिस्ट ਕਰਕੇ ਦੋਸਤੋਂ ਸੀ ਮੀਨ ਜ਼ਿਕਰ ਕਰ ਰਹੇ ਹਾਂ ਬਾਕੀ ਤੁਸੀਂ ਇਸ ਬਾਬਤ ਆਪਣੇ ਅਹਿ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਦਿਓ ਤੇ ਦੋਸਤੋਂ ਤੇ ਹੁਣ ਅਸੀਂ ਸੋਨਮ ਹਾਜਬਦੀ ਦਾ ਵੀ ਜ਼ਿਕਰ ਕਰਨਾ ਚਾਹੁੰਦੇ ਹਾਂ ਜਿਸ ਦੀ ਇੱਕ ਪ੍ਰਾਣੀ ਵੀਡੀਓ ਦਿਗੁਰਨਾਮ ਭੁੱਲਣ ਨਾਲ ਉਸ ਦੀ ਫਿਲਮ ਆਈ ਸੀ ਸ਼ਾਇਦ ਉਸ ਦੀ ਪ੍ਰੋਮੋਸ਼ਨ ਦੌਰਾਨ ਦੀ ਸੀ ਫੈਨ ਬੀਜ ਨੇ ਹੁਣ ਦੋਸਤੋਂ ਕਾਫੀ ਜ਼ਿਆਦਾ ਉਸ ਨੂੰ ਵਾਇਰਲ ਕਰ ਦਿੱਤਾ ਹੈ ਜਿਸ ਵਿੱਚ ਕਿ ਉਹ ਸਿੱਧੂ ਮੂਸੇਵਾਲਾ ਦਾ ਜ਼ਿਕਰ ਕਰਦੀ ਹੋਈ ਦਿਖਾਈ ਦਿੱਤੀ ਸੋ ਸੋਨਮ ਤੁਹਾਡਾ ਸਿੱਧੂ ਮੂਸੇਵਾਲਾ ਨੂੰ ਕੀ ਪੁੱਛੋਗੇ ਸਿੱਧੂ ਨੂੰ ਵੈਸੇ ਮੈਂ ਪੁੱਛ ਚੁੱਕੀ ਹਾਂ ਬਟ ਜੇ ਦੁਬਾਰਾ ਪੁੱਛੂੰਗੀ ਕਿ ਮੈਂ ਉਹਨਾਂ ਨੂੰ ਪੁੱਛਿਆ ਸੀਗਾ ਕਿ ਉਹ ਇੰਨੇ ਉਹਨਾਂ 'ਚ ਇੱਕ ਕੌਨਫੀਡੈਂਸ ਜੋ ਹੈ ਆਪਣੇ ਆਪ ਨੂੰ ਲੈ ਕੇ ਇੰਨੇ ਕੌਨਫੀਡੈਂਟ ਆ ਉਹ ਕਿੱਦਾਂ ਆ ਸੋ ਆਬਵੀਅਸਲੀ ਆਨਸਰਡ ਲੇਕਿਨ ਆਈ ਥਿੰਕ ਹਾ ਐਕਚੁਅਲੀ ਮੈਂ ਹੁਣ ਇਹ ਪੁੱਛਣਾ ਚਾਹੂੰਗੀ ਕਿ ਜਿੱਦਾਂ ਹਰ ਆਰਟਿਸਟ ਕੋ ਕੁਝ ਕੁਝ ਮਤਲਬ ਇੰਡਸਟਰੀ 'ਚ ਕੁਝ ਟਾਈਮ ਰੈਨ ਤੋਂ ਬਾਅਦ ਯੂ نو ਆਪਣਾ ਫੁੱਲ ਆਨ ਮੇਕਿੰਗ ਕਹਿੰਦੇ ਆ ਬਟ ਸਿੱਧੂ ਜਿੱਦਾਂ ਆਏ ਸੀ ਉਹ ਉਦਾਂ ਹੀ ਆ ਐਂਡ ਆਈ ਰੀਲੀ ਲਾਈਕ ਥੈਟ ਅਬਾਊਟ ਹਿਮ ਸੋ ਉਹ ਉਹਨਾਂ ਦੇ ਇਸ ਬਾਰੇ ਸੋ ਇਹ ਪੁੱਛੂੰਗੀ ਕਿ ਵਾਈ ਲਾਈਕ ਕੀ ਸੋਚਿਆ ਉਹਨਾਂ ਨੇ ਕਿ ਆਪਣੇ ਉਪੁੱਛਣਾ ਚਾਹੁੰਦੀ ਹੈ ਸਿੱਧੂ ਮੂਸੇਵਾਲੇ ਨੂੰ ਕਿ ਤੁਹਾਡੇ ਵਿੱਚ ਇੰਨਾ ਕੰਫੀਡੈਂਸ ਕਿੱਥੋਂ ਆਉਂਦਾ ਹੈ ਵੈਸੇ ਦੋਸਤੋ ਪਹਿਲਾਂ ਵੀ ਕਈ ਵਾਰ ਇਹ ਆਪਣੀਆਂ ਇੰਟਰਵਿਊਜ਼ ਵਿੱਚ ਸਿੱਧੂ ਦੇ ਗਾਣਿਆਂ ਦਾ ਜ਼ਿਕਰ ਕਰ ਚੁੱਕੀ ਹੈ ਸਿੱਧੂ ਦਾ ਜ਼ਿਕਰ ਕਰ ਚੁੱਕੀ ਹੈ ਖੁਦ ਵੀ ਉਸ ਦੇ ਨਾਲ ਕਲੈਬੋਰੇਸ਼ਨ ਆਈ ਸੀ ਬ੍ਰਾਊਨ ਸ਼ੌਟੀ ਗਾਣੇ ਵਿੱਚ ਸੋਨੂੰ ਬਾਜ ਬਾਈ ਇਸ ਵਾਰੀ ਦੋਸਤੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੁਬੀਐਸ ਨੇ ਸਿੱਧੂ ਬਾਪ ਤੋਂ ਬਿਆਨ ਦਿੱਤੇ ਹਨ ਕਮੈਂਟ ਬਾਕਸ ਵਿੱਚ ਆਪਣੇ ਅਹਿਮ ਵਿਚਾਰ ਜ਼ਰੂਰ ਦਿਓ ਕਿ ਦੋਸਤੋ ਇੱਥੇ ਹੁਣ ਅਸੀਂ ਈਪੀ ਢੋਹਣਾ ਦਾ ਵੀ ਜ਼ਿਕਰ ਕਰਨਾ ਚਾਹੁੰਦੇ ਹਾਂ ਜਨਾਂ ਦਾ ਕੀ ਅਲੱਗ ਹੀ ਦਬ ਮਿਊਜ਼ ਕ ਰਿਲੀਜ਼ ਕਰੋ ਕਿਉਂਕਿ ਦੋਸਤੋ ਕਾਫੀ ਟਾਈਮ ਹੋ ਚੁੱਕਾ ਹੈ ਇਹਨਾਂ ਨੇ ਕੋਈ ਵੀ ਗਾਣਾ ਰਿਲੀਜ਼ ਨਹੀਂ ਕੀਤਾ ਅਖੀਰ ਤੇ ਇਹਨਾਂ ਨੇ ਆਪਣੀ ਈਪੀ ਹੀ ਰਿਲੀਜ਼ ਕੀਤੀ ਸੀ ਹਿਡਨ ਜੈਮ ਉਹ ਵੀ ਦੋਸਤੋ ਵਰਲਡ ਟੂਰ ਤੋਂ ਪਹਿਲਾਂ ਤੇ ਵਰਲਡ ਟੂਰ ਦੌਰਾਨ ਉਸ ਦੀ ਫੁੱਲ ਪ੍ਰੋਮੋਸ਼ਨ ਵੀ ਕੀਤੀ ਸੀ ਕੀ ਲੱਗਦਾ ਹੈ ਫਿਰ ਦੋਸਤੋ ਇਹ ਗਾਣਾ ਰਿਲੀਜ਼ ਕਰਨਗੇ ਫੈਨਾਂ ਦੀ ਜੋ ਮੰਗ ਹੈ ਉਸ ਤੇ ਖਰਾ ਉਤਰਨਗੇ ਦੇਖਦੇ ਹਾਂ ਫਿਰ ਅੱਗੇ ਕੀ ਬਣਦਾ ਰਹਦਾ ਤੇ ਦੋਸਤੋ ਕਿਨ ਕੀ ਦੀ ਰਿਕੁਐਸਟ ਹੈ ABC ਪੰਜਾਬੀ ਪੁਆਇੰਟ ਲਾਈਵ ਰਿਸਟ ਹੈ ਕਿ ਲਿੰਕ ਡਿਸਕ੍ਰਿਪਸ਼ਨ ਵਿੱਚ ਹੈ ਉਸ ਤੇ ਅਸੀਂ ਗੇਮਿੰਗ ਡਾਇਰੈਕਸ਼ਨ ਤੇ ਬਲੌਗ ਵਾਲੀ ਵੀਡੀਓ ਲੈ ਕੇ ਆ ਰਹੇ ਹਾਂ ਜੇ